ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਪਲੱਸ 1 ਪੋਲਿਟਿਕਲ ਸਾਇੰਸ ਦਾ ਜਿਹੜਾ ਟੈਸਟ ਹੋਣ ਜਾ ਰਿਹਾ ਹੈ ਪਾਸ ਟੈਸਟ ਓਬਜੈਕਟਿਵ ਟਾਈਪ ਟੈਸਟ ਹੋਣਾ ਤੇ ਇਹ ਟੈਸਟ ਜਿਹੜਾ ਉਹ 1 ਅਕਤੂਬਰ 2020 ਨੂੰ ਹੋਣਾ ਹੈ ਉਹਦੇ ਲਈ ਬਹੁਤ ਵਧੀਆ ਗੈਸ ਕੁਐਸਚਨ ਪੇਪਰ ਤਿਆਰ ਕੀਤੇ ਗਏ ਨੇ ਮਾਡਲ ਟੈਸਟ ਪੇਪਰ ਹੈ ਗੈਸ ਪੇਪਰ ਤੁਸੀਂ ਇੱਕ ਸਮਝ ਲਾ ਸਕਦੇ ਹੋ ਸਮਝ ਸਕਦੇ ਹੋ ਕਾਫੀ ਪ੍ਰਸ਼ਨ ਦੇ ਚੋਂ ਆਉਣ ਦੀ ਸੰਭਾਵਨਾ ਮੈਂ ਗਰੁੱਪ ਚਾਇਆ ਸੀ ਇਹ ਪ੍ਰਸ਼ਨ ਪੱਤਰ ਮੈਂ ਤਿਆਰ ਨਹੀਂ ਕੀਤਾ ਗਰੁੱਪ ਚਾਇਆ ਸੀ ਬਹੁਤ ਮਿਹਨਤ ਨਾਲ ਕਿਸੇ ਅਧਿਆਪਕ ਲੈਕਚਰਰ ਸਾਥੀ ਨੇ ਤਿਆਰ ਕੀਤੇ ਹੋਏ ਨੇ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਆਓ ਆਪਾਂ ਗੱਲ ਕਰਦੇ ਹਾਂ ਜਿਹੜੇ ਕੁਐਸਚਨ ਜਨੇ ਬਹੁਤ ਇੰਪੋਰਟੈਂਟ ਕੁਐਸਚਨ ਜਨੇ ਪਲੱਸ 1 ਪੋਲਿਟੀਕਲ ਸਾਇੰਸ ਦੇ ਅਪ੍ਰੈਲ ਤੋਂ ਅਗਸਤ ਤੱਕ ਦਾ ਸਿਲੇਬਸ ਕਵਰ ਕੀਤਾ ਹੋਇਆ ਸਾਰੇ ਟੌਪਿਕਸ ਕਵਰ ਕੀਤੇ ਹੋਏ ਨੇ ਸੋ हां जी प्यारे विद्यार्थियों पहला प्रश्न है कि राजनीति शास्त्र ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਸਹੀ ਉਤਰ ਅਰਸਟੋ ਨੂੰ ਦੂਜਾ ਪ੍ਰਸ਼ਨ ਹੈ ਰਾਜਨੀਤੀ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਪੋਲਿਸ ਵਰਡ ਹੈਗਾ ਤੇ ਪੋਲਿਸ ਸ਼ਬਦ ਦਾ ਕੀ ਅਰਥ ਹੈ ਪੋਲਿਸ ਸ਼ਬਦ ਦਾ ਅਰਥ ਹੈ ਨਗਰ ਰਾਜ ਨਗਰ ਰਾਜ ਸੋ ਨੈਕਸਟ ਕੁਐਸਚਨ ਹੈਗਾ ਕੁਐਸਚਨ ਨੰਬਰ 4 ਇਹ ਕਿਸ ਦਾ ਕਥਨ ਹੈ ਮਨੋਖਿਕ ਸਮਾਜਿਕ ਪ੍ਰਾਣੀ ਹੈ ਇਹ ਅਰਸਟੋ ਦਾ ਕਥਨ ਹੈ ਮੈਨ ਇ ਜੇ ਸੋਸ਼ਲ ਐਨੀਮਲ ਪੰਜਵਾਂ ਪ੍ਰਸ਼ਨ ਰਾਜਨੀ ਸ਼ਾਸਤਰ ਦੇ ਵਿਸ਼ਾ ਵਸਤੂ ਵਿੱਚ ਸ਼ਾਮਲ ਕੋਈ ਇੱਕ ਵਿਸ਼ਾ ਲਿਖੋ ਰਾਜਨੀ ਸ਼ਾਸਤਰ ਦਾ ਰਾਜ ਦਾ ਅਧਿਐਨ ਤੁਹਾਨੂੰ ਪਤਾ ਹੀ ਹੈ ਕਿੰਨੇ ਵਿਸ਼ੇ ਨੇ ਰਾਜ ਦਾ ਅਧਿਐਨ ਹੈ ਸਰਕਾਰ ਦਾ ਅਧਿਐਨ ਅੰਤਰਰਾਸ਼ਟਰੀ ਸੰਗਠਨ ਦਾ ਕੋਈ ਇੱਕ ਲਿਖਣਾ ਸੀ ਅਰਸਤੂ ਦੁਆਰਾ ਰਾਜਨੀਤੀ ਸੰਬੰਧੀ ਲਿਖੀ ਪੁਸਤਕ ਦਾ ਨਾਮ ਪੁਸਤਕ ਦਾ ਨਾਮ ਹੈ ਪੋਲਿਟਿਕਸ ਪੁਸਤਕ ਦਾ ਨਾਮ ਹੈ ਪੋਲਿਟਿਕਸ ਨੈਕਸਟ ਹੈਗਾ ਕੁਐਸਚਨ ਨੰਬਰ 7 ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜਨ ਹੁੰਦਾ ਇਹ ਕਥਨ ਕਿਸ ਦਾ ਹੈ ਪ੍ਰੋਫੈਸਰ ਗਾਰਡਰ ਦਾ ਇਹ ਕਥਨ ਹੈ ਨੈਕਸਟ ਕੁਐਸਚਨ ਕੁਐਸਚਨ ਨੰਬਰ 8 ਬਹੁ ਵਿਕਲਪਿਕ ਹੈ ਐਮਸੀਕਿਊ ਕੁਐਸਚਨ ਨੇ ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਅਧਿਐਨ ਖੇਤਰ ਹੈ ਰਾਜ ਦਾ ਅਧਿਐਨ ਸਰਕਾਰ ਦਾ ਅਧਿਐਨ ਮਨੁੱਖ ਦਾ ਅਧਿਐਨ ਉਪਰੋਕਤ ਸਾਰੇ ਉਪਰੋਕਤ ਸਾਰੇ ਮਤਲਬ ਸਾਰੇ ਚੀਜ਼ਾਂ ਦੀ ਸਟੱਡੀ ਹੈ ਪੋਲਿਟਿਕਲ ਸਾਇੰਸ ਪਰੰਪਰਾਵਾਦੀ ਵਿਦਵਾਨਾਂ ਅਨੁਸਾਰ ਆਧੁਨਿਕ ਰਾਜਨੀਤਿਕ ਵਿਗਿਆਨ ਦਾ ਕੇਂਦਰੀ ਬਿੰਦੂ ਹੈ ਰਾਜ ਜਾਂ ਸਰਕਾਰ ਦੇਸ਼ ਜਾਂ ਰਾਜਨੀਤਿਕ ਪ੍ਰਣਾਲੀ ਉਤਰ ਹੈ ਰਾਜਨੀਤਿਕ ਪ੍ਰਣਾਲੀ ਅੱਜ ਜਿਹੜੀ ਮਾਡਰਨ ਪੋਲਿਟਿਕਲ ਸਾਇੰਸ ਹੈ ਉਹ ਰਾਜਨੀਤਿਕ ਪ੍ਰਣਾਲੀ ਨੂੰ ਪੈਲ ਦਿੰਦੀ ਹੈ ਰਾਜਨੀਤਿਕ ਪ੍ਰਣਾਲੀ ਸੋ ਨੈਕਸਟ ਹੈਗਾ ਕੁਐਸਚਨ ਕੁਐਸਚਨ ਨੰਬਰ 10 ਰਾਜਨੀਤੀ ਸ਼ਾਸਤਰ ਦਾ ਆਰੰਭ ਕਦ ਹੋਇਆ ਰਾਜਨੀਤੀ ਸ਼ਾਸਤਰ ਦਾ ਆਰੰਭ ਯੂਨਾਨ ਕਾਲ ਵਿੱਚ ਹੋਇਆ ਰਾਜਨੀਤੀ ਸ਼ਾਸਤਰ ਦਾ ਦੂਜਾ ਨਾਂ ਕੀ ਹੈ ਇਹ ਸਮਾਜਿਕ ਵਿਗਿਆਨ ਵੀ ਰਾਜਨੀਤੀ ਸ਼ਾਸਤਰ ਨੂੰ ਕਿਹਾ ਜਾ ਸਕਦਾ ਇਹ ਸੋਸ਼ਲ ਸਾਇੰਸ ਹੈ ਸੋਸ਼ਲ ਸਾਇੰਸ ਦੇ ਵਿੱਚ ਹੀ ਵੈਸੇ ਆਉਂਦਾ ਪੋਲਿਟਿਕਲ ਸਾਇੰਸ ਸੋ ਨਾਗਰਿਕ ਸ਼ਾਸਤਰ ਦਾ ਵੀ ਇਹਦਾ ਦੂਜਾ ਨਾਂ ਆਪਾਂ ਕਹਿ ਸਕਦੇ ਹਾਂ ਨੈਕਸਟ ਹੈਗਾ ਇਤਿਹਾਸ ਭੂਤਕਾਲ ਦੀ ਰਾਜਨੀਤੀ ਹੈ ਤੇ ਰਾਜਨੀਤੀ ਵਰਤਮਾਨ ਦਾ ਇਤਿਹਾਸ ਹੈ ਇਹ ਇੱਕ ਵਿਚਾਰ ਕਿਸ ਦਾ ਹੈ ਇਹ ਵਿਚਾਰ ਪ੍ਰੋਫੈਸਰ ਫ੍ਰੀਮੈਂਡ ਦਾ ਹੈ ਪ੍ਰੋਫੈਸਰ ਫ੍ਰੀਮੈਂਡ ਦਾ ਇਹ ਥਾਟ ਹੈਗਾ ਨੈਕਸਟ ਕੁਐਸਚਨ ਹੈਗਾ ਕੁਐਸਚਨ ਨੰਬਰ 13 ਨੀਤੀ ਸ਼ਾਸਤਰ ਕਿਸ ਵਿਸ਼ੇ ਦਾ ਅੰਤਰ ਕਰਦਾ ਹੈ ਇਹਦਾ ਉੱਤਰ ਹੈ ਨੈਤਿਕਤਾ ਦਾ ਵੈਸੇ ਨੀਤੀ ਸ਼ਾਸਤਰ ਹੁਣ ਇਸ ਵਾਰ ਸਿਲੇਬਸ ਚੋਂ ਡਿਲੀਟ ਕਰਤਾ ਗਿਆ ਨੈਕਸਟ ਹੈਗਾ 14ਵਾਂ ਕੁਐਸਚਨ ਕਿਸ ਵਿਸ਼ੇ ਵਿੱਚ ਭੂਤਕਾਲ ਦਾ ਨਾਲ ਸੰਬੰਧਤ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ ਹੈ ਇਤਿਹਾਸ ਵਿੱਚ ਇਤਿਹਾਸ ਵਿੱਚ ਪੂਤਕਾਲ ਨਾਲ ਸੰਬੰਧਿਤ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ 15ਵਾਂ ਪ੍ਰਸ਼ਨ ਹੈ ਨੀਤੀ ਸ਼ਾਸਤਰ ਨੂੰ ਕਿਸ ਸ਼ਾਸਤਰ ਦਾ ਨਾਮ ਮੰਨਿਆ ਜਾਂਦਾ ਕਿਸ ਕਿਹੜਾ ਸ਼ਾਸਤਰ ਮੰਨਿਆ ਜਾਂਦਾ ਨਿਆਂ ਤੇ ਸੱਚ ਦਾ 16ਵਾਂ ਪ੍ਰਸ਼ਨ ਹੈ ਨੀਤੀ ਸ਼ਾਸਤਰ ਦਾ ਦੇ ਮੁੱਖ ਸਮਰਥਕ ਦਾ ਨਾਮ ਦੱਸੋ ਮਹਾਤਮਾ ਗਾਂਧੀ ਹੀਗਲ ਪਲਾਟੋ ਰੂਸੋ ਟੀ ਐਚ ਗ੍ਰੀਨ ਇਹਦੇ ਮੁੱਖ ਸਮਰਥਕ ਨੇ 17ਵਾਂ ਪ੍ਰਸ਼ਨ ਹੈ ਕਿਹੜੇ ਸਮਾਜਿਕ ਸ਼ਾਸਤਰ ਨੂੰ ਹੋਰ ਸ਼ਾਸਤਰਾਂ ਦੀ ਜਨਮਨੀ ਕਿਹਾ ਜਾਂਦਾ ਹੈ ਸਮਾਜ ਸ਼ਾਸਤਰ ਨੂੰ ਬਾਕੀ ਸ਼ਾਸਤਰਾਂ ਦੀ ਮਦਰ ਯਾਨੀ ਕਿ ਜਨਮਨੀ ਕਿਹਾ ਜਾਂਦਾ ਹੈ 18 ਪ੍ਰਸ਼ਨ ਹੈ ਕਿਹੜੇ ਵਿਦਵਾਨ ਨੇ 18ਵੀਂ ਸਦੀ ਵਿੱਚ ਅਰਥ ਸ਼ਾਸਤਰ ਨੂੰ ਸੁਤੰਤਰ ਵਿਸ਼ੇ ਦਾ ਰੂਪ ਦਿੱਤਾ ਐਡਮ ਸਮਿਥ ਨੇ ਐਡਮ ਸਮਿਥ ਇਕਨੋਮਿਸਟ ਸੀਗਾ ਉਹਨੇ ਅਰਥ ਸ਼ਾਸਤਰ ਨੂੰ ਇੱਕ ਵੱਖਰਾ ਵਿਸ਼ਾ ਬਣਾਇਆ 19ਵਾਂ ਅਰਥ ਸ਼ਾਸਤਰ ਕਿਸ ਤਰ੍ਹਾਂ ਦਾ ਵਿਗਿਆਨ ਹੈ ਸਮਾਜਿਕ ਵਿਗਿਆਨ ਹੈ ਵੀ ਅਰਥ ਸ਼ਾਸਤਰ ਵੀ ਸੋਸ਼ਲ ਸਾਇੰਸੀ ਹੈ ਸਮਾਜ ਸ਼ਾਸਤਰ ਕਿਸ ਸਮੇਂ ਦਾ ਅਧਿਐਨ ਕਰਦਾ ਹੈ ਵਰਤਮਾਨ ਤੇ ਭੂਤਕਾਲ ਦਾ ਅਧਿਐਨ ਕਰਦਾ ਹੈ ਸਮਾਜ ਸ਼ਾਸਤਰ 2ਵਾਂ ਪ੍ਰਸ਼ਨ ਹੈ ਪ੍ਰਸਤਾਵਨਾ ਦਾ ਅਰਥ ਕੀ ਹੈ ਪਰ ਕਿਸੇ ਦਸਤਾਵੇਜ਼ ਵਿੱਚ ਭਾਸ਼ਣ ਜਾਂ ਲੇਖ ਦੇ ਮੁੱਢਲੇ ਜਾਂ ਜਾਣ ਪਛਾਣ ਦੇਣ ਵਾਲੇ ਕਥਨ ਨੂੰ ਪ੍ਰਸਤਾਵਨਾ ਕਿਹਾ ਜਾਂਦਾ ਬਿਲਕੁਲ ਸਹੀ ਹੈ ਨੈਕਸਟ ਹੈਗਾ ਭਾਰਤੀ ਸੰਵਿਧਾਨ ਵਿੱਚ ਪ੍ਰਸਤਾਵਨਾ ਵਿੱਚ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ ਕਦੋਂ ਜੋੜੇ ਗਏ ਭਾਵ ਕਦੋਂ ਸ਼ਾਮਲ ਕੀਤੇ ਗਏ 1976 ईस्वी ਵਿੱਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੀਂ ਸੋਧ ਕਰਕੇ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ ਜੋੜ ਦਿੱਤੇ ਗਏ ਸਨ ਸਮਾਜਵਾਦੀ ਤੇ ਧਰਮ ਨਿਰਪੱਖ ਸ਼ਬਦ ਜੋੜੇ ਗਏ ਸੀ 42ਵੀਂ ਸੋਧ ਸੇ ਤਈਆ ਪ੍ਰਸ਼ਨ ਹੈਗਾ ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਗਣਰਾਜ ਹੈ ਦੱਸੋ ਕਿਵੇਂ ਭਾਰਤ ਇੱਕ ਪੂਰ ਸੰਪੂਰਨ ਪ੍ਰਭੂਸੱਤਾ ਗਣਰਾਜ ਹੈ ਕਿਉਂਕਿ ਇੱਥੇ ਰਾਜ ਦੇ ਪ੍ਰਧਾਨ ਦਾ ਅਹੁਦਾ ਜੱਦੀ ਨਹੀਂ ਹੈ ਸਗੋਂ ਉਹ ਰਾਸ਼ਟਰਪਤੀ ਹੈ ਇਕ ਨਿਸ਼ਚਿਤ ਸਮੇਂ ਲਈ ਜਨਤਾ ਦੇ ਨੁਮਾਇੰਦਿਆਂ ਦੁਆਰਾ ਚੁਣਿਆ ਜਾਂਦਾ ਹੈ ਇਸ ਕਰਕੇ ਜਿਹੜੇ ਦੇਸ਼ ਦਾ ਰਾਸ਼ਟਰਪਤੀ ਸਿੱਧਾ ਜਾਂ ਸਿੱਧੇ ਤੌਰ ਤੇ ਲੋਕਾਂ ਦੁਆਰਾ ਚੁਣਿਆ ਜਾਏ ਉਹਨੂੰ ਗਣਰਾਜ ਕਿਹਾ ਜਾਂਦਾ ਹੈ ਭਾਰਤ ਇੱਕ ਗਣਰਾਜ ਦੇਸ਼ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀਆਂ ਕੋ ਦੋ ਵਿਸ਼ੇਸ਼ਤਾਵਾਂ ਲਿਖੋ ਸੁਤੰਤਰਤਾ ਤੇ ਸਮਾਨਤਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਮਹੱਤਤਾ ਦੇ ਦੋ ਸਰ ਲਿਖੇੜੇ ਨੇ ਭਾਰਤੀ ਸੰਵਿਧਾਨ ਦੀ ਪ੍ਰੇਰਣਾ ਅਤੇ ਮਾਨ ਹੈ ਸੰਵਿਧਾਨ ਪ੍ਰਸਤਾਵਨਾ ਸੰਵਿਧਾਨ ਦੀ ਆਤਮਾ ਹੈ ਛਵੀਵੇਂ ਪ੍ਰਸ਼ਨ ਪ੍ਰਸਤਾਵਨਾ ਵਿੱਚ ਕਿਸ ਤਰ੍ਹਾਂ ਦੇ ਨਿਆਂ ਦਾ ਵਰਣਨ ਕੀਤਾ ਗਿਆ ਪ੍ਰਸਤਾਵਨਾ ਵਿੱਚ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ ਦਾ ਵਰਣਨ ਕੀਤਾ ਗਿਆ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਸਾਡੇ ਸਿਧਾਂਤ ਚ ਅਗਲਾ ਪ੍ਰਸ਼ਨ ਹੈਗਾ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਸ਼ਬਦ ਕਿਸ ਸੰਵਿਧਾਨਕ ਸੋਧ ਵਿੱਚ ਸ਼ਾਮਲ ਕੀਤਾ ਗਿਆ 42ਵੀਂ ਸੋਧ ਵਿੱਚ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ 26 ਜਨਵਰੀ 1950 ਨੂੰ ਕਿਸ ਦੇਸ਼ ਨੇ ਸਭ ਤੋਂ ਪਹਿਲਾਂ ਪ੍ਰਸਤਾਵਨਾ ਅਤੇ ਸੰਵਿਧਾਨ ਵਿੱਚ ਦਰਜ ਕੀਤੀ ਆਪਣੇ ਸਿਧਾਂਤ ਚ ਪ੍ਰਸਤਾਵਨਾ ਚ ਦਰਜ ਕੀਤੀ ਕਿਹੜੇ ਦੇਸ਼ ਨੇ ਸੋ ਸਭ ਤੋਂ ਪਹਿਲਾਂ ਯੂ ਐਸ اے ਸੰਯੁਕਤ ਰਾਜ ਅਮਰੀਕਾ ਨੇ ਪ੍ਰਸਤਾਵਨਾ ਆਪਣੇ ਸੰਵਿਧਾਨ ਵਿੱਚ ਸ਼ਾਮਲ ਕੀਤੀ ਸੀ ਸੋ ਪਿਆਰੇ ਵਿਦਿਆਰਥੀਓ ਅਗਲਾ ਪ੍ਰਸ਼ਨ ਹੈਗਾ ਨਾਗਰਿਕਾ ਲਈ ਕਿਸ ਦਾ ਮੈਂਬਰ ਹੋਣਾ ਜ਼ਰੂਰੀ ਹੈ ਉੱਤਰ ਹੈ ਰਾਜ ਦਾ ਮੈਂਬਰ ਹੋਣਾ ਜ਼ਰੂਰੀ ਹੈ ਨਾਗਰਿਕ ਕਿੰਨੇ ਪ੍ਰਕਾਰ ਦੇ ਹੋ ਸਕਦੇ ਨੇ ਦੋ ਪ੍ਰਕਾਰ ਦੇ ਨਾਗਰਿਕਾਂ ਨੂੰ ਰਾਜ ਦੁਆਰਾ ਡੈਸ਼ ਤੋਂ ਅਧਿਕਾਰ ਪ੍ਰਾਪਤ ਹੁੰਦੇ ਹਨ ਰਾਜ ਦੁਆਰਾ ਸਮਾਜਿਕ ਅਤੇ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਨੇ ਅਗਲਾ ਪ੍ਰਸ਼ਨ ਨਾਗਰਿਕਤਾ ਪ੍ਰਾਪਤ ਕਰਨ ਦੇ ਕਿਸੇ ਇੱਕ ਸਿਧਾਂਤ ਦਾ ਨਾਮ ਦੱਸੋ ਰਕਤ ਸਿਧਾਂਤ ਜਾਂ ਲਹੂ ਸਿਧਾਂਤ ਜਿਹਨੂੰ ਕਹਿ ਸਕਦੇ ਆ ਰਾਜਿਕ੍ਰਿਤ ਨਾਗਰਿਕਤਾ ਪ੍ਰਾਪਤ ਕਰਨ ਦਾ ਇੱਕ ਤੱਥ ਦੱਸੋ ਇਹ ਹੈ ਲੰਬਾ ਨਿਵਾਸ ਭਾਵ ਲੰਬਾ ਨਿਵਾਸ ਹੋਏ ਤੇ ਕੋਈ ਨਾਗਰਿਕਤਾ ਵਾਸਤੇ ਅਪਲਾਈ ਕਰ ਸਕਦਾ ਹੈ ਨਾਗਰਿਕਤਾ ਮਿਲ ਸਕਦੀ ਹੈ ਚੰਗਾ ਨਾਗਰਿਕ ਹਰੇਕ ਸਮਾਜ ਦੀ ਵੱਡਮੁੱਲੀ ਡੈਸ਼ ਹੈ ਸੰਪਤੀ ਹੈ ਭਾਰਤ ਵਿੱਚ ਰਾਜਿਕ੍ਰਿਤ ਨਾਗਰਿਕਤਾ ਪ੍ਰਾਪਤ ਕਰਨ ਲਈ ਕਿੰਨੇ ਸਾਲ ਦਾ ਨਿਵਾਸ ਜ਼ਰੂਰੀ ਹੈ 5 ਸਾਲ ਦਾ ਨਿਵਾਸ ਜ਼ਰੂਰੀ ਹੈ ਜੀ ਭਾਰਤ ਵਿੱਚ ਜਾਇਦਾਦ ਖਰੀਦ ਕੇ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਦੇਸ਼ ਦਾ ਨਾਮ ਦੱਸੋ ਪੀਰੂ ਬ੍ਰਾਜ਼ੀਲ ਜਾਂ ਮੈਕਸੀਕੋ ਇਹ ਤਿੰਨੇ ਦੇਸ਼ ਨੇ ਜਿਹੜੇ ਉੱਥੇ ਤੁਸੀਂ ਜਾਇਦਾਦ ਖਰੀਦ ਕੇ ਨਾਗਰਿਕਤਾ ਪ੍ਰਾਪਤ ਕਰ ਸਕਦੇ ਹੋ ਅਨਪੜਤਾ ਆਦਰਸ਼ ਨਾਗਰਿਕ ਦੇ ਰਸਤੇ ਵਿੱਚ ਬਹੁਤ ਵੱਡੀ ਡੈਸ਼ ਹੈ ਕੀ ਹੈ ਰੁਕਾਵਟ ਅਨਪੜਤਾ ਅਗਲਾ ਪ੍ਰਸ਼ਨਾ ਨਾਗਰਿਕਤਾ ਸਮਾਪਤ ਹੋਣ ਲਈ ਕੋਈ ਇੱਕ ਕਾਰਨ ਲਿਖੋ ਲੰਬੀ ਗੈਰ ਹਾਜ਼ਰੀ ਅਧਿਕਾਰਾਂ ਦੀ ਕੋਈ ਇੱਕ ਪਰਿਭਾਸ਼ਾ ਦੱਸੋ ਅਧਿਕਾਰਾਂ ਦੀ ਪਰਿਭਾਸ਼ਾ ਵਿੱਚ ਲਾਸਤ ਕੀ ਕਹਿੰਦਾ ਹੈ ਅਧਿਕਾਰ ਉਹਨਾਂ ਸਮਾਜਿਕ ਅਵਸਥਾਵਾਂ ਦਾ ਨਾਮ ਹੈ ਜਿਨ੍ਹਾਂ ਤੋਂ ਬਿਨਾ ਕੋਈ ਵਿਅਕਤੀ ਪੂਰਨ ਤੌਰ ਤੇ ਵਿਕਾਸ ਨਹੀਂ ਕਰ ਸਕਦਾ 42ਵਾਂ ਪ੍ਰਸ਼ਨ ਹੈ ਕਰਤੱਵਾਂ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾ ਸਕਦਾ ਕਰਤੱਵਾਂ ਨੂੰ ਦੋ ਭਾਗਾਂ 'ਚ ਵੰਡਿਆ ਜਾ ਸਕਦਾ 43ਵਾਂ ਪ੍ਰਸ਼ਨ ਹੈ ਕਰਤੱਵ ਦਾ ਕੀ ਅਰਥ ਹੈ ਕਰਤੱਵ ਤੋਂ ਬਿਨਾ ਉਹਨਾਂ ਕੰਮਾਂ ਤੋਂ ਹੈ ਜੋ ਵਿਅਕਤੀ ਆਪਣੇ ਹਿੱਤਾਂ ਲਈ ਆਪਣੀ ਇੱਛਾ ਅਨੁਸਾਰ ਨਹੀਂ ਸਗੋ ਨਿਸ਼ਚਿਤ ਨੈਤਿਕ ਨਿਯਮਾਂ ਅਨੁਸਾਰ ਕਰਦਾ ਉਹ ਕਰਤੱਵ ਨੇ ਨਾਗਰਿਕ ਅਧਿਕਾਰਾਂ ਦਾ ਅਰਥ ਦੱਸੋ ਨਾਗਰਿਕ ਅਧਿਕਾਰ ਉਹ ਅਧਿਕਾਰ ਹੁੰਦੇ ਹਨ ਜੋ ਨਾਗਰਿਕਾਂ ਦੁਆਰਾ ਸਮਾਜਿਕ ਸੁਤੰਤਰਤਾ ਤੇ ਸਮਾਨਤਾ ਪ੍ਰਦਾਨ ਕਰਦੇ ਹਨ 45ਵਾਂ ਆਰਥਿਕ ਅਧਿਕਾਰ ਕੀ ਹੁੰਦੇ ਹਨ ਆਰਥਿਕ ਅਧਿਕਾਰ ਰੋਜ਼ਗਾਰ ਹੁੰਦੇ ਹਨ ਜੋ ਵਿਅਕਤੀ ਦੀ ਮੁਢਲੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹਨ 46ਵੇਂ ਰਾਜਨੀਤਿਕ ਅਧਿਕਾਰਾਂ ਤੋਂ ਕੀ ਭਾਵ ਹੈ ਰਾਜਨੀਤਿਕ ਅਧਿਕਾਰ ਦਾ ਅਰਥ ਹੈ ਰਾਜ ਦੇ ਪ੍ਰਸ਼ਾਸਨ ਵਿੱਚ ਹਿੱਸਾ ਲੈਣ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਕੋਈ ਦੋ ਕਿਸਮਾਂ ਦੱਸੋ ਸਮਾਨਤਾ ਦਾ ਅਧਿਕਾਰ ਤੇ ਸੁਤੰਤਰਤਾ ਦਾ ਅਧਿਕਾਰ 48ਵੇਂ ਪ੍ਰਸ਼ਨ ਕਰਤਵਾਂ ਦੀ ਕਿਸਮਾਂ ਦੱਸੋ ਨੈਤਿਕ ਕਰਤਵ ਕਾਨੂੰਨੀ ਕਰਤਵ ਦੋ ਰਾਜਨੀਤਿਕ ਅਧਿਕਾਰ ਲਿਖੋ ਬੋਰਡ ਦਾ ਅਧਿਕਾਰ ਤੇ ਸਰਕਾਰ ਦੀ ਉਲੋਚਨਾ ਦਾ ਅਧਿਕਾਰ ਦੋਵੇਂ ਰਾਜਨੀਤਿਕ ਅਧਿਕਾਰ ਨੇ ਪੰਜਵਾਂ ਪ੍ਰਸ਼ਨ ਕੋਈ ਦੋ ਆਰਥਿਕ ਅਧਿਕਾਰ ਦੱਸੋ ਕੰਮ ਦਾ ਅਧਿਕਾਰ ਤੇ ਉਚਿਤ ਵੇਤਨ ਪ੍ਰਾਪਤ ਕਰਨ ਦਾ ਅਧਿਕਾਰ ਵੀ ਆਰਥਿਕ ਅਧਿਕਾਰ ਹੈ ਆਸਟਿਨ ਦੁਆਰਾ ਡੈਸ਼ ਉਚੇ ਆਸਟਿਨ ਅਨੁਸਾਰ ਡੈਸ਼ ਉਚੇ ਦਾ ਨੀਵੇਂ ਨੂੰ ਦਿੱਤਾ ਗਿਆ ਹੁਕਮ ਹੈ ਕਹਿੰਦਾ ਕਾਨੂੰਨ ਹੈ ਜਿਹੜਾ ਉਚੇ ਦਾ ਨੀਵੇਂ ਨੂੰ ਦਿੱਤਾ ਗਿਆ ਹੁਕਮ ਹੈ ਬਹੁਵੰਜਾ ਪਰਸ਼ਨ ਹੈ ਅੰਗਰੇਜ਼ੀ ਭਾਸ਼ਾ ਵਿੱਚ ਕਾਨੂੰਨ ਨੂੰ ਕੀ ਕਿਹਾ ਜਾਂਦਾ ਲਾ ਲ ਏ ਡਬਲਯੂ ਲਾ ਜ ਨੂੰ ਕਹਿੰਦੇ ਆਪਾਂ ਜਿਹੜੇ ਨਿਯਮ ਵੱਖ-ਵੱਖ ਰਾਜਾਂ ਦੇ ਆਪਸੀ ਸਬੰਧਨ ਨੀਯਮਤ ਕਹਿੰਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਉਹਨਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਕਿਹਾ ਜਾਂਦਾ ਜਿਹੜੇ ਕਾਨੂੰਨਾਂ ਪਿੱਛੇ ਰਾਜ ਦੀ ਦੰਡ ਦੇਣ ਦੀ ਸ਼ਕਤੀ ਹੁੰਦੀ ਹੈ ਉਹਨੂੰ ਰਾਸ਼ਟਰੀ ਕਾਨੂੰਨ ਕਿਹਾ ਜਾਂਦਾ ਕਾਨੂੰਨ ਦੇ ਕਿਸੇ ਸਮੇਂ ਸੋਮੇ ਦਾ ਨਾਮ ਦੱਸੋ ਧਰਮ ਕੀ ਚੰਗੇ ਕਾਨੂੰਨ ਲਚਕੀਲਾਪਨ ਹੋ ਸਕਦਾ ਹੈ ਹਾਂ हां जना हां चंगा ਕਾਨੂੰਨ ਜਿਹੜਾ ਲਚਕੀਲਾਪੋਣਾ ਦਾ ਗੁਣ ਹੁੰਦਾ ਕਾਨੂੰਨ ਦੀਆਂ ਮੁੱਖ ਕਿਸਮਾਂ ਕਿੰਨੀਆਂ ਕਿਸਮਾਂ ਹਨ ਕਾਨੂੰਨ ਦੀਆਂ ਮੁੱਖ ਦੋ ਹੀ ਕਿਸਮਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਹੋਰ ਵੀ ਕਿਸਮਾਂ ਨੇ ਠੀਕ ਹੈ ਸਮਾਜਿਕ ਕਾਨੂੰਨ ਰੀਤੀ ਰਿਵਾਜ ਕਾਨੂੰਨ ਤੇ ਦੋ ਪ੍ਰਮੁੱਖ ਕਿਸਮਾਂ ਨੇ ਤੁਹਾਡੇ ਸਾਹਮਣੇ ਸੋ ਪ੍ਰਸ਼ਾਸਨਿਕ ਕਾਨੂੰਨ ਡੈਸ਼ ਕਾਨੂੰਨ ਦਾ ਇੱਕ ਹੰਗ ਹੁੰਦਾ ਇਹ ਸਰਵਜਨਕ ਕਾਨੂੰਨ ਦਾ ਇੱਕ ਹੰਗ ਹੁੰਦਾ ਪ੍ਰਸ਼ਾਸਨਿਕ ਕਾਨੂੰਨ 59ਵਾਂ ਪ੍ਰਸ਼ਨ ਹੈ ਕਿਹੜੇ ਕਾਨੂੰਨ ਨੂੰ ਸਰਵੋੱਚ ਕਾਨੂੰਨ ਕਿਹਾ ਜਾਂਦਾ ਸੰਵਿਧਾਨਕ ਕਾਨੂੰਨ ਨੂੰ ਸਰਵੋੱਚ ਕਾਨੂੰਨ ਕਿਹਾ ਜਾਂਦਾ ਸੋ ਕਾਨੂੰਨ ਡੈਸ਼ ਦੀ ਇੱਛਾ ਦਾ ਪ੍ਰਗਟਾਵਾ ਹੁੰਦੇ ਹਨ ਰਾਜ ਦੀ ਇੱਛਾ ਦਾ ਪ੍ਰਗਟਾਵਾ ਹੁੰਦੇ ਹਨ ਸੋ ਇਹ 60 ਪ੍ਰਸ਼ਨ ਪਿਆਰੇ ਵਿਦਿਆਰਥੀ ਤੁਸੀਂ ਪੜ੍ਹ ਲਓ ਪ੍ਰਸ਼ਨ ਬਹੁਤ ਇੰਪੋਰਟੈਂਟ ਨੇ ਸੋ ਮੈਨੂੰ ਪੂਰੀ ਆਸ ਹੈ ਵੀ ਕਾਫੀ ਪ੍ਰਸ਼ਨ ਇਹਦੇ ਵਿੱਚ ਕਵਰ ਹੋਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਥੈਂਕ ਯੂ ਵੈਰੀ ਮੱਚ ਮੇਰਾ ਚੈਨਲ ਕਨਸੈਪਟ ਗੁਰੂ ਏਕੇ ਨੂੰ ਸਬਸਕ੍ਰਾਈਬ ਜਰੂਰ ਕਰੋ ਬਹੁਤ ਬਹੁਤ ਧੰਨਵਾਦ ਕੰਟੀਨਿਊ ਵਾਚਿੰਗ ਕਨਸੈਪਟ ਗੁਰੂਏ ਕੇ ਥੈਂਕ ਯੂ